ਓ ਹੈਲੋ ਗਾਈਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿੱਦਾਂ ਤੁਸੀਂ ਸਾਰੇ? ਉਮੀਦ ਹੈ ਸਾਰੇ ਘੈਂਟ ਹੋਵੋਗੇ। ਅਤੇ ਅੱਜ ਦਾ ਵਲੌਗ ਅਸੀਂ ਸਟਾਰਟ ਕਰਦੇ ਹਾਂ, ਅਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਭਰਾ ਰਹੇ ਆਪਣੇ, ਅਤੇ ਅੱਜ ਨਾਲ ਮਾਸੜ ਗੁਰਦਾਸਪੁਰੀਆ ਸਹੀ ਆ, ਅਤੇ ਬਾਕੀ ਤੁਹਾਨੂੰ ਭਾਅ ਜੀ ਦੱਸਦੇ ਆ। ਅਤੇ ਅੱਜ ਗੁਰੂ ਘਰ ਆਏ ਸੀ ਵਿਸਾਖੀ ਦੇ ਰਿਲੇਟਡ, ਅਖੰਡ ਪਾਠ ਸਾਹਿਬ ਦੀ ਆਰੰਭਤਾ ਅੱਜ ਹੋਈ ਸੀ ਗੁਰੂ ਘਰ। ਥੋੜ੍ਹੇ ਲੇਟ ਹੋ ਗਏ, ਹੁਣ ਹਨੇਰਾ ਹੋ ਗਿਆ ਵਾ। ਵਲੌਗ ਦਾ ਪਹਿਲਾਂ ਅਸਲ 'ਚ ਕੀ ਕਹੀਏ, ਮਾਈਂਡ 'ਚੋਂ ਸਕਿੱਪ ਹੋ ਗਿਆ ਇਹ। ਜੱਗੂ ਆਇਆ ਅਤੇ ਕਹਿੰਦਾ ਵਲੌਗ ਬਣਾਈਏ, ਅਤੇ ਫਿਰ ਅਸੀਂ ਸੋਚਿਆ ਵੀ ਚਲੋ ਬਣਾ ਦਿੰਦੇ ਹਾਂ ਵਲੌਗ, ਸਹੀ ਆ। ਅਤੇ ਹੁਣ ਚਲੋ ਸੇਵਾ ਕਰਕੇ ਪ੍ਰਸ਼ਾਦਾ ਪਾਣੀ ਛੱਕ ਕੇ, ਚਾਹ ਨਾ ਬਦਾਨਾ ਖਾ ਕੇ, ਸਹੀ ਆ। ਅਤੇ ਪ੍ਰਸ਼ਾਦਾ ਪਾਣੀ ਛੱਕ ਕੇ ਅਤੇ ਹੁਣ ਅਸੀਂ ਗੁਰੂ ਘਰ ਤੋਂ ਘਰ ਨੂੰ ਚੱਲੇ ਹਾਂ। ਅਤੇ ਅਸੀਂ ਸੋਚਿਆ ਵੀ ਦੱਸੀਏ ਇਹਦੇ ਬਾਰੇ ਥੋੜ੍ਹਾ ਜਿਹਾ, ਵੀ ਸਿੱਖੀ ਕਾਫੀ ਪ੍ਰਫੁੱਲਤ ਆ ਬਾਹਰਲੇ ਮੁਲਕਾਂ ਦੇ ਵਿੱਚ ਵੀ। ਅਸੀਂ ਇਹ ਨਹੀਂ ਕਹਿ ਸਕਦੇ ਵੀ ਜੇ ਕੋਈ ਬਾਹਰ ਆ ਤਾਂ ਉਹ ਸਿੱਖੀ ਤੋਂ ਟੁੱਟਿਆ ਵਾ, ਜਾਂ ਮਤਲਬ ਵੀ ਸਿੱਖੀ ਘੱਟ ਵਾ। ਹਰ ਇੱਕ ਦੇਸ਼ ਦੇ ਵਿੱਚ ਬੇਸ਼ੱਕ ਉਹ ਛੋਟਾ ਵਾ ਜਾਂ ਵੱਡਾ, ਕੋਈ ਵੀ ਦੇਸ਼ ਵਾ, ਇੱਥੇ ਹਰ ਇੱਕ ਦੇ ਵਿੱਚ ਸਿੱਖੀ ਕਾਫੀ ਪ੍ਰਫੁੱਲਤ ਆ। ਅਸੀਂ ਸਪੇਨ ਆ, ਲੋਥ ਵਾ, ਇੱਥੇ ਬਾਰਸੀਲੋਨਾ, ਕਤਲੋਨੀਆਂ, ਅਸਲ 'ਚ ਮੇਨ ਕਤਲੋਨੀਆਂ ਵਾ, ਸਹੀ ਹੈ। ਅਤੇ ਅੱਜ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੀ ਅੱਜ ਪਹਿਲਾ ਦੇਣੀ। ਕੱਲ੍ਹ ਨੂੰ ਨਿਸ਼ਾਨ ਸਾਹਿਬ ਦੇ ਚੋਲੇ ਬਦਲਾਏ ਜਾਣਗੇ, ਕੱਲ੍ਹ ਨੂੰ ਨਿਸ਼ਾਨ ਸਾਹਿਬ ਚੜਾਏ ਜਾਣਗੇ, ਅਸੀਂ ਉਹ ਵੀ ਵਲੌਗ ਦੇ ਵਿੱਚ ਲਿਆਵਾਂਗੇ, ਸਹੀ ਆ। ਅਤੇ ਬਾਕੀ ਚਲੋ ਤੁਹਾਨੂੰ ਕੱਲ੍ਹ ਨੂੰ ਮਿਲਾਂਗੇ। ਕਾਫੀ ਹਨੇਰਾ ਵਾ ਉੱਦਾਂ ਵੈਸੇ ਨਾ, ਅਤੇ ਵੇਖੋ ਸ਼ੋਰ ਹੈ ਨਹੀਂ ਆ, ਸ਼ੋਰ ਕੁਛ ਵੀ ਨਹੀਂ ਆ ਇੱਥੇ। ਅਤੇ ਤੁਹਾਨੂੰ ਅਸੀਂ ਹੁਣ ਕੱਲ੍ਹ ਮਿਲਦੇ ਹਾਂ, ਸਹੀ ਆ। ਅਤੇ ਹੁਣ ਅਸੀਂ ਇੱਧਰ ਹਨੇਰੇ 'ਚ ਜਾ ਰਹੇ ਹਾਂ, ਅੱਗੇ ਜੰਗਲ ਜਿਹਾ ਹੀ ਆ, ਅਤੇ ਅੱਗੇ ਵੀ ਤੁਹਾਨੂੰ ਥੋੜ੍ਹੇ ਥੋੜ੍ਹੇ ਸ਼ੋਟ ਦਿਖਾਈ ਜਾਂਦੇ ਆ, ਅਤੇ ਫਿਰ ਅਸੀਂ ਤੁਹਾਨੂੰ ਕੱਲ੍ਹ ਮਿਲਾਂਗੇ ਸਵੇਰੇ। ਨਹੀਂ ਸ਼ੋਟ ਜ਼ਿਆਦਾ ਦਿਖਾ ਲਏ, ਬੰਦੇ ਬੰਦੇ ਵੀ ਪੈਂਦੇ ਹੁੰਦੇ, ਮਰੋਕੀ ਫੋਨ ਨਹੀਂ ਕਿਹੋ ਕੋਣ। ਅਤੇ ਆ ਜਾਓ ਚੱਲਦੇ ਹਾਂ ਅੱਗੇ। ਅਤੇ ਆਹ ਦੇਖੋ ਥੱਲੇ ਸੜਕ ਆ, ਅਤੇ ਸੜਕ ਦੇ ਨਾਲ ਹੀ ਉੱਧਰ ਅੱਗੇ ਬਿਜਲੀ ਘਰ ਆ, ਦੀਦਾ ਹੀ ਨਹੀਂ ਇੱਥੋਂ ਇੰਨਾ ਹਨੇਰਾ। ਬਾਕੀ ਤੁਹਾਨੂੰ ਅਸੀਂ ਬਾਅਦ, ਹਾਂਜੀ, ਅਤੇ ਵਾਹਿਗੁਰੂ ਗੁਰੂ ਘਰ ਪਹੁੰਚ ਚੁੱਕੇ ਹਾਂ, ਅਤੇ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਆ, ਉਹ ਤੁਹਾਨੂੰ ਆ ਜਾਓ ਦਿਖਾਉਂਦੇ ਹਾਂ ਅੱਗੇ। ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਗਰ ਕੀਰਤਨ ਆ, ਤੀਜਾ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਪੈ ਗਏ 9 ਵਜੇ, ਅਤੇ ਗੁਰੂ ਘਰ ਚੱਲੇ ਹਾਂ। ਤਿਆਰ ਹੋਈਆਂ ਫੌਜਾਂ, ਆਹ ਟੀ ਸ਼ਰਟਾਂ ਗੁਰਦੁਆਰੇ ਵਾਲਿਆਂ ਦਿੱਤੀਆਂ ਵਾ, ਅੱਜ ਅਸੀਂ ਸੇਵਾ ਕਰਨੀ, ਸਹੀ ਆ, ਅੱਜ ਕਰਨੀ ਆ ਸੇਵਾ। ਅਤੇ ਤੁਹਾਨੂੰ ਅੱਜ ਸਾਰਾ ਅਸੀਂ ਨਗਰ ਕੀਰਤਨ ਦਿਖਾ ਲਾਂਗੇ, ਮੇਰਾ ਵੀ ਇੱਥੇ ਪਹਿਲਾ ਨਗਰ ਕੀਰਤਨ ਆ ਸਪੇਨ ਦੇ ਵਿੱਚ, ਤੁਹਾਨੂੰ ਅਸੀਂ ਸਾਰਾ ਦਿਖਾ ਲਾਂਗੇ ਨਗਰ ਕੀਰਤਨ ਕਿਸ ਹਿਸਾਬ ਦੇ ਨਾਲ, ਇੱਥੇ ਕੀ ਮਰਿਆਦਾ ਦੇ ਵਿੱਚ ਇੱਥੇ ਨਗਰ ਕੀਰਤਨ ਕੱਢਦੇ ਆ ਗੁਰੂ ਘਰ ਦੇ ਸੇਵਕ। ਅਤੇ ਬਾਕੀ ਚਲੋ ਤੁਹਾਨੂੰ ਜੱਗੂ ਸਾਰਾ ਵੀਡੀਓ ਬਣਾ ਕੇ ਅੱਗੇ ਤੁਹਾਨੂੰ ਪੂਰਾ ਦਿਖਾਵਾਂਗਾ, ਪੂਰਾ ਮਤਲਬ ਤੁਹਾਨੂੰ ਸ਼ੋਅ ਕਰੇਗਾ। ਅਤੇ ਨਾਲ ਆ ਸਾਡੇ ਭਰਾ ਵੀਰ ਜੀ ਹੋਣੀ, ਸਤਿ ਸ਼੍ਰੀ ਅਕਾਲ ਪੰਜਾਬੀ, ਹਾਂਜੀ, ਇਹ ਆਪਣੇ ਪ੍ਰਿੰਸ ਭਾਅ ਜੀ ਹੋਣੀ, ਅਤੇ ਆਪਣੇ ਰੈਪਰ ਸਾਹਿਬ ਆਏ, ਅਤੇ ਆਪਣੇ ਵੀਰ ਜੀ ਬਾਰ ਸਾਹਿਬ, ਸਹੀ ਆ। ਅਤੇ ਚਲੋ ਮਿਲਦੇ ਤੁਹਾਨੂੰ ਨਗਰ ਕੀਰਤਨ ਦੇ। ਨਹੀਂ ਸਾਹਿਬ।
ਵਾਹਿਗੁਰੂ ਨਗਰ ਕੀਰਤਨ ਜਾ ਰਿਹਾ ਰਮਤਾ ਹੋ ਗਈ ਨਗਰ ਕੀਰਤਨ ਕੋਈ ਮਸਲਾ ਨਹੀਂ ਮਤਲਬ ਨਗਰ ਕੀਰਤਨ ਮਾਲਕ ਦੀ ਬਹੁਤੀ ਕਿਰਪਾ ਵਾ ਸਿੱਖੀ ਦੀ ਅਲੋਥ ਸਪੇਨ ਦੇ ਵਿੱਚ ਵਾ ਆ ਜੱਗੂ ਸੇਵਾ ਕਾਂਡਿਆ ਵਾ ਆ ਬੋਲਸੇ ਲਾਏ ਆ ਇੱਥੇ ਖਲਾਰਾ ਕਾਫੀ ਪਾ ਕੇ ਚੱਲ ਜਾਂਦੇ ਲੋਕ ਲੰਗਰ ਲੱਗੇ ਅੱਧਾ ਅੱਧਾ ਪੀਂਦਾ ਅੱਧਾ ਛੱਡ ਦਿੰਦੇ ਆ ਚਲੋ ਗੁੱਸਾ ਨਹੀਂ ਲੱਗੇ ਕਿਸੇ ਨੂੰ ਪਰ ਸੇਵਾ ਕਰ ਰਿਹਾ ਵਾ ਕਾਫੀ ਵਧੀਆ ਲੱਗ ਰਿਹਾ ਅਤੇ ਆਹ ਸਾਨੂੰ ਟੀ ਸ਼ਰਟਾਂ ਸਪੈਸ਼ਲ ਗੁਰਦੁਆਰੇ ਵਾਲਿਆਂ ਦਿੱਤੀਆਂ ਇਹਦੇ ਨਾਲ ਦੀਆਂ ਸਹੀ ਕਿ ਅਸੀਂ ਬੂਟ ਜਿਹੜੇ ਆ ਨਾ ਉਹ ਅਸੀਂ ਗੁਰਦੁਆਰੇ ਛੱਡੇ ਹਾਂ ਅਤੇ ਇੱਥੇ ਹੁਣ ਚੁੱਭਣ ਦੇ ਬੱਟੇ ਅਤੇ ਤੋਰ ਸਾਡੇ ਕੋਲ ਹੁੰਦਾ ਨਹੀਂ ਮਹਾਰਾਜ ਦਾ ਪ੍ਰਕਾਸ਼ ਇੱਥੇ ਅੰਦਰ ਵਾ ਅਮਦਾਰ ਹਾਲ ਦੇ ਵਿੱਚ ਜਾਂ ਬਾਹਰ ਸਾਰੇ ਇੱਧਰ ਲੰਗਰ ਲਗਾ ਸਿੰਘ ਪਾਲਕੀ ਸਾਹਿਬ ਦਾ ਇੱਥੇ ਆਣ ਕੇ ਮਹਾਰਾਜ ਦਾ ਪ੍ਰਕਾਸ਼ ਕਰ ਦਿੱਤਾ ਵਾ ਹਾਲ ਦੇ ਅੰਦਰ ਬੈਠੀ ਆ ਕੀਰਤਨ ਦਰਬਾਰ ਚੱਲ ਰਹੇ ਆ ਢਾਡੀ ਦੇ ਅੰਦਰ ਜਾਂ ਦੇਖੋ ਤੁਸੀਂ ਸਰਵ ਸ਼ਰਮਣ ਕਰੋ ਨਗਰ ਕੀਰਤਨ ਸਾਰਾ ਸਮਾਪਤ ਹੋ ਗਿਆ ਤੇ ਅਸੀਂ ਗੁਰੂ ਘਰੋਂ ਸੇਵਾ ਕਰਕੇ ਆ ਗਏ ਹਾਂ ਤੇ ਉੱਥੇ ਵੀ ਅਸੀਂ ਸੇਵਾ ਕੀਤੀ ਸੀ ਜਿੱਥੇ ਸਟਾਲ ਲੱਗੇ ਸੀ ਬਹੁਤ ਵਧੀਆ ਪ੍ਰਬੰਧ ਸੀਗਾ ਤੇ ਨਾਲ ਨਾਲ ਤੁਹਾਨੂੰ ਅਸੀਂ ਦਿਖਾਇਆ ਵੀ ਸੀਗਾ ਤੇ ਬਾਕੀ ਤੁਹਾਨੂੰ ਭਾਈ ਦੱਸਦੇ ਹਾਂ ਜੀ ਨਗਰ ਕੀਰਤਨ ਦਾ ਪ੍ਰਬੰਧ ਮੈਨੂੰ ਬਹੁਤ ਵਧੀਆ ਲੱਗਾ ਅਤੇ ਲਾਈਕ ਮੇਰਾ ਇੱਥੇ ਕਲੋਨੀਆ ਸਪੇਨ ਬਾਰਸਲੋਨਾ ਦੇ ਵਿੱਚ ਪਹਿਲਾ ਨਗਰ ਕੀਰਤਨ ਸੀ
ਮੈਨੂੰ ਬਹੁਤ ਵਧੀਆ ਫੀਲ ਹੋਇਆ ਇੱਥੇ ਨਗਰ ਕੀਰਤਨ ਦੇ ਵਿੱਚ ਇੱਕ ਹਾਜ਼ਰੀ ਲਾ ਕੇ। ਅਸੀਂ ਤਾਂ ਲਾਈਏ ਇੱਥੇ ਇੱਕ ਸੇਵਾ ਕੀਤੀ ਖਾਸ, ਅਸੀਂ ਪੈਂਪਲੇਟ ਲਾਈ ਜਦੋਂ ਛਾਪੇ ਸੀ ਪੇਪਰ, ਅਤੇ ਉਹ ਜਿਹੜੀ ਲੋਕਲ ਲੋਕ ਉਹਨਾਂ ਨੂੰ ਦਿੱਤੇ, ਉਹਦੇ ਬਾਰੇ ਇਹਨੇ ਦੱਸਿਆ ਉਹਨਾਂ ਨੂੰ ਗਲਾਨ ਦੇ ਵਿੱਚ, ਸਪੈਨਿਸ਼ ਦੇ ਵਿੱਚ ਮੈਨੂੰ ਤਾਂ ਉਨੀ ਕੁ ਆਉਂਦੀ, ਅਤੇ ਨਾਲ ਉਹ ਲੋਕਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ। ਬਾਕੀ ਨਗਰ ਕੀਰਤਨ ਦਾ ਪ੍ਰਬੰਧ ਜੋ ਪ੍ਰਬੰਧਕਾਂ ਨੂੰ ਬਹੁਤ ਵਧੀਆ ਕੀਤਾ ਗਿਆ, ਕਾਫੀ ਸਟਾਲ ਲੱਗੇ ਸੀ ਉੱਥੇ, ਕੀਰਤਨ ਦਰਬਾਰ ਸੱਜੇ ਢਾਡੀ ਇੱਥੇ ਵੀ ਆਏ, ਕਾਫੀ ਸੰਗਤ ਬਾਰਸੀਲੋਨਾ ਤੋਂ, ਮੈਡ੍ਰਿਡ, ਸਪੇਨ, ਇਟਲੀ, ਇੱਥੋਂ ਤੱਕ ਕਿ ਇਟਲੀ ਅਤੇ ਇੰਗਲੈਂਡ ਤੋਂ ਵੀ ਸਿੰਘ ਆਏ ਸੀ ਸਾਨੂੰ ਮਿਲੇ ਆ, ਉਹਨਾਂ ਦੀ ਵੀ ਅਸੀਂ ਫੋਟੋ ਵਲੋਗ ਦੇ ਵਿੱਚ ਸ਼ੇਅਰ ਕਰਾਂਗੇ। ਅਤੇ ਬਾਕੀ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ, ਉਮੀਦ ਆ ਤੁਹਾਨੂੰ ਵਲੋਗ ਵਧੀਆ ਲੱਗੂਗਾ, ਸਬਸਕ੍ਰਾਈਬ ਕਰਿਓ, ਲਾਈਕ ਅਤੇ ਕਮੈਂਟ ਠੋਕ ਕੇ ਕਰਿਓ, ਬਾਕੀ ਇੱਦਾਂ ਹੀ ਤੁਹਾਨੂੰ ਨਵੇਂ ਨਵੇਂ ਵਲੋਗ ਆਉਂਦੇ ਰਹਿਣਗੇ। ਨਗਰ ਕੀਰਤਨ ਤੁਹਾਨੂੰ ਅਸੀਂ ਦਿਖਾ ਲਿਆ ਵਾ ਯੂਰਪ ਦਾ, ਉਮੀਦ ਆ ਵੀ ਹੋਰ ਵੀ ਗਾਂਹ ਤੋਂ ਗਾਂਹ ਜੇ ਤੁਸੀਂ ਸਾਨੂੰ ਲਾਈਕ ਕਰੋਗੇ ਹੋਰ ਵੀ ਤੁਹਾਨੂੰ ਕਿਤੇ ਨਾ ਕਿਤੇ ਅਲੱਗ ਤੋਂ ਦਿਖਾ ਲਾਂਗੇ। ਬਾਕੀ ਮਿਲਦੇ ਹਾਂ ਨੈਕਸਟ।